ਹਾਂਜੀ, ਕੱਪੜੇ ਆਪਾਂ ਨੇ ਧੋ ਲਏ, ਕੱਪੜੇ ਬਾਹਲੇ ਸੀਗੇ। ਦੇਖੋ ਅੱਧੇ ਮੈਂ ਕੱਲ੍ਹ ਧੋਤੇ ਸੀ, ਆਹ ਵਾਲੇ ਕੱਲ੍ਹ ਧੋਤੇ ਸੀ, ਇਹਨਾਂ ਨੂੰ ਧੁੱਪ ਲਵਾਈ ਸੀਗੀ, ਹੇਠ ਉੱਤੇ ਜੇ ਰੱਖਤੇ। ਆਹ ਮੈਂ ਅੱਜ ਧੋਤੇ ਸਾਰੇ, ਆਹ ਵਾਲੇ ਵੀ। ਆਹ ਸਾਡੇ ਇਹਦਾ ਪੱਲਾ ਜਿਹਾ ਖੁੱਲ੍ਹ ਗਿਆ ਸੀਗਾ, ਅਤੇ ਫਿਰ ਮੈਂ ਇਹਦੇ 'ਤੇ ਐਂ ਕੱਪੜੇ ਪਾਤੇ। ਅਤੇ ਇੱਧਰੋਂ ਆਪਣਾ ਬਾਥਰੂਮ ਵੀ ਸਾਫ਼ ਕਰਤਾ ਸੀਗਾ, ਅਤੇ ਮਸ਼ੀਨ ਮੇਰੀ ਸਹੀ ਕਰਕੇ ਲਾਉਣ ਵਾਲੀ ਹੈ, ਕਿਉਂਕਿ ਇਹਦੇ 'ਚ ਮੈਂ ਅੱਧੇ ਕੱਪੜੇ ਸੁਕਾ ਲਏ ਸੀ, ਲਾਈਟ ਬਾਅਦ 'ਚ ਗਈ ਹੈਗੀ। ਅੰਦਰ ਮੇਰਾ ਸਾਰਾ ਕੰਮ ਪਿਆ, ਝਾੜੂ ਪੋਚਾ ਵੀ ਪਿਆ, ਰਸੋਈ ਦਾ, ਰੋਟੀ ਪਾਣੀ ਵਾਲਾ ਆਪਣਾ ਕੰਮ ਸਾਰਾ ਹੋ ਗਿਆ। ਭਾਂਡੇ ਵੀ ਮੈਂ ਮਾਂਜ ਗਈ ਸੀ ਪਹਿਲਾਂ, ਅਤੇ ਬਸ ਝਾੜੂ ਲਾ ਕੇ ਪੋਚਾ ਲਾਉਣ ਵਾਲਾ ਰਹਿ ਗਿਆ। ਵੈਸੇ ਇੰਨਾ ਗੰਦਾ ਨਹੀਂ ਗਾ, ਪਰ ਫਿਰ ਵੀ ਮੈਂ ਪੋਚਾ ਜਿਹੜਾ ਲਾਉਂਗੀ। ਲਾਈਟ ਹੈ ਨਹੀਂ ਗੀ, ਇੱਧਰੋਂ ਵੀ ਕਰ ਗਈ ਸੀਗੀ ਮੈਂ, ਸਾਰਾ ਨਿਬੇੜ ਗਈ ਸੀਗੀ। ਆਹ ਵਾਲੇ ਬੈੱਡ ਦੀ ਮੈਂ ਚਾਦਰ ਬਦਲੀ ਅੱਜ, ਸੁਬਹਾ ਬਦਲਤੀ ਸੀਗੀ। ਹੁਣ ਮੈਂ ਝਾੜੂ ਲਾਉਂ ਪਹਿਲਾਂ, ਲਾਈਟਾਂ ਮੈਂ ਬੰਦ ਕਰਦੀ ਹੈਗੀ ਕਿਉਂਕਿ ਲਾਈਟ ਨਹੀਂ ਹੈਗੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ ਆਪਣੇ ਮਾਗਾ ਵਲੋਗ ਵਿੱਚ। ਅੱਜ ਬਾਹਲੇ ਸਾਰੇ ਕੰਮ ਸੀਗੇ, ਮੈਂ ਵੀਡੀਓ ਵੀ ਨਹੀਂ ਬਣਾਈ ਜ਼ਿਆਦਾ, ਕਿਉਂਕਿ ਕਣਕ ਜਿਹੜੀ ਲਿਆਉਂਦੀ ਸੀ ਆਪਾਂ ਨੇ ਉਹ ਖਰਾਬ ਸੀਗੀ ਜ਼ਿਆਦਾ, ਉਹਦੇ ਵਿੱਚ ਜੀਜੇ ਸੀਗੇ ਅਤੇ ਸੁਸਰੀ ਸੀ। ਪਹਿਲਾਂ ਤਾਂ ਮੈਂ ਛੰਡ ਕੇ ਬਣਾਉਂਦੀ ਸੀ ਪੀਣਾ, ਅਤੇ ਬਾਅਦ ਵਿੱਚ ਫਿਰ ਮੈਂ ਕਣਕ ਧੋਤੀ, ਧੋ ਕੇ ਸੁਕਾ ਤੇ ਵਿਹੜੇ 'ਚ। ਕੱਪੜੇ ਵੀ ਅੱਜ ਬਹੁਤ ਸਾਰੇ ਧੋਤੇ ਆ, ਕੱਪੜੇ ਤਾਂ ਮੈਨੂੰ ਹੱਥੀਂ ਧੋਣੇ ਪੈਂਦੇ ਹੈਗੇ, ਮੈਨੂੰ ਮਸ਼ੀਨ 'ਚ ਵਧੀਆ ਨਹੀਂ ਲੱਗਦੇ ਧੋਣੇ। ਅਤੇ ਜੇ ਕੋਈ ਜ਼ਿਆਦਾ ਮੋਟੇ ਹੁੰਦੇ ਤਾਂ ਮੈਂ ਧੋ ਲੈਂਦੀ ਹੁੰਦੀ ਹੈਗੀ, ਫਿਰ ਵੀ ਮੈਂ ਬਾਹਰ ਕੱਢ ਕੇ ਮਸ਼ੀਨ 'ਚੋਂ ਫਿਰ ਮੈਂ ਮਾੜੀ ਮਾੜੀ ਸਾਬਣ ਲਾ ਲੈਂਦੀ ਹਾਂ। ਅਤੇ ਹੁਣ ਅਸੀਂ ਜਾਣਾ ਸੀਗਾ ਭਗਤੇ, ਨਵੀਂ ਨੂੰ ਵੀ ਬਿਜਲੀ, ਮੈਂ ਜਦੋਂ ਕਣਕ ਧੋਂਦੀ ਸੀਗੀ ਫਿਰ ਮੈਂ ਬਿਜਲੀ ਨਵੀਂ ਨੂੰ ਲੈ ਕੇ ਆਈ, ਨਵੀਂ ਸੁੱਤਾ ਪਿਆ ਸੀ, ਫਿਰ ਮੈਂ ਸੇਫ ਕੱਟ ਕੇ ਲੈਣੀ ਹੈਗੀ। ਫਿਰ ਮੈਂ ਰਾਤ ਨੂੰ ਦੇਖ ਲੂੰਗੀ ਕੱਪੜਿਆਂ ਦੀ ਤਹਿਤ, ਸ਼ਾਮ ਨੂੰ ਮਾਰ ਲੂੰਗੀ। ਅਤੇ ਹੁਣ ਮੈਂ ਕੱਦੂ ਕੱਟ ਲੂੰਗੀ ਇੱਕ, ਤਾਂ ਨਾਲ ਨਵੀਂ ਨੂੰ ਸੇਫ ਕੱਟ ਕੇ ਦੇ ਦੂੰਗੀ, ਅਤੇ ਫਿਰ ਜੇ ਇਹਦੇ ਡੈਡੀ ਆ ਤਾਂ ਮੈਂ ਜਾਊਂਗੀ ਫਿਰ ਭਗਤੇ। ਦੇਖੋ ਕਣਕ ਸਾਫ਼ ਤਾਂ ਹੋ ਗਈ, ਅਤੇ ਮੈਨੂੰ 2-3 ਵਾਰੀ ਹਿਲਾ ਗਈ ਸੀਗੀ, ਹੱਥ ਜਿਹਾ ਮਾਰ ਗਈ ਸੀਗੀ, ਅਤੇ ਗ੍ਰੇਸੀ ਨੂੰ ਮੈਂ ਬਾਹਰ ਕੱਢਤਾ। ਮੈਂ ਚੱਲ ਹੁਣ ਠੰਡਾ ਹੋ ਗਿਆ, ਮੈਂ ਇੱਥੋਂ ਬਾਹਰ ਬਹਿ ਜਾ ਜੀ, ਬੈਠਣਾ ਬੈਠੀ ਹੈ। ਦੇਖੋ ਆਹ ਵਾਲੇ ਕੱਪੜੇ ਤਾਂ ਮੈਂ ਅੱਜ ਧੋਤੇ ਹੈਗੇ, ਉਹ ਵਾਲੇ ਥੋੜ੍ਹੇ ਜਿਹੇ ਪਏ ਜਿਹੜੇ ਉਹ ਕੱਲ੍ਹ ਧੋਤੇ ਸੀਗੇ, ਕੁਛ ਇਹਦੇ 'ਚ ਪਏ ਥੋੜ੍ਹੇ ਜਿਹੇ ਕੱਲ੍ਹ ਵਾਲੇ। ਅਤੇ ਇਹਨਾਂ ਦੀ ਤਹਿ ਮਾਰਨੀ ਹੈ ਅਤੇ ਪ੍ਰੈੱਸ ਵਾਲੇ ਅੱਟ ਕੱਢਣੇ ਹੈਗੇ, ਇਹ ਬਾਅਦ 'ਚ ਕਰੂੰਗੀ ਕਿਉਂਕਿ ਹੁਣ ਲਾਈਟ ਵੀ ਹੈ ਨਹੀਂ ਗੀ, ਅਤੇ ਅੱਜ ਤਾਂ ਮੈਂ ਥੱਕ ਗਈ ਜਮਾਂ। ਅਤੇ ਆਪਣਾ ਘੜੇ ਵਾਲਾ ਪਾਣੀ ਬਹੁਤ ਵਧੀਆ, ਠੰਡਾ ਠੰਡਾ, ਪੀਣ 'ਚ ਬਾਹਲਾ ਸਵਾਦ ਲੱਗਦਾ। ਇਹ ਵਾਲਾ ਮੈਂ ਉੱਪਰ ਤਾਂ ਦਿੱਤਾ ਗਾ ਕਿਉਂਕਿ ਫਿਰ ਮੱਖੀ ਮੁੱਖੀ ਨਹੀਂ ਬਹਿੰਦੀ ਗੀ, ਅਤੇ ਫਿਰ ਕੱਪ ਨਾਲ ਕੱਢ ਲਈਦਾ ਗਾ। ਬਾਹਲਾ ਜ਼ਿਆਦਾ ਠੰਡਾ ਠੰਡਾ ਪਾਣੀ ਹੈ ਅਤੇ ਪੀਣ 'ਚ ਵੀ ਸਵਾਦ ਹੈ। ਭਾਂਡੇ ਮੇਰੇ ਚਾਹ ਲਈ ਪਏ ਆ 2 ਕੁ, ਬਾਕੀ ਸਾਰੇ ਮੈਂ ਸਾਫ਼ ਕਰਤੇ ਸੀਗੇ। ਹਾਂਜੀ, ਆ ਗਈ ਸੀਗੀ ਮੈਂ ਘਰ ਭਗਤਿਓ, ਹਰਸ਼ ਦੇ ਡੈਡੀ ਵੀ ਆ ਗਏ ਸੀਗੇ ਨਾਲ, ਅਤੇ ਨਵੀਂ ਰਹਿ ਪਈ ਸੀਗੀ ਘਰ। ਅਤੇ ਹੁਣ ਮੈਂ ਸਬਜ਼ੀ ਬਣਾਊਂਗੀ ਤੜਕਾ, ਨਾਲੇ ਸਮਾਨ ਸਾਂਭ ਦੂੰਗੀ, ਸੌਦਾ ਲੈ ਕੇ ਆਏ, ਨਾਲੇ ਨਵੀਂ ਦੀਆਂ ਚੀਜ਼ਾਂ ਹੈ ਨਾ ਖਤਮ ਹੋ ਗਈਆਂ ਸੀਗੀਆਂ। ਕੱਦੂ ਮੈਂ ਕੱਟ ਕੇ ਗਈ ਸੀਗੀ, ਅਤੇ ਉੱਥੇ ਨਾ ਮੱਛਰ ਬਹੁਤ ਸੀਗਾ, ਗੰਦਾ ਜਿਹਾ ਮੱਛਰ ਨਹੀਂ ਹੁੰਦਾ ਕਾਲਾ ਜਿਹਾ, ਉਹ ਸੀਗਾ ਬਹੁਤ ਜ਼ਿਆਦਾ ਸੀ। ਸਕੂਟਰੀ 'ਤੇ ਗਏ ਸੀਗੇ,
ਅਤੇ ਹੁਣ ਮੈਂ ਪਹਿਲਾਂ ਸਬਜ਼ੀ ਨੂੰ ਤੜਕਾ ਲਾਦਾ, ਫਿਰ ਸਮਾਨ ਜਿਹੜਾ ਲੈ ਕੇ ਆਇਆ ਸਾਰਾ। ਹਾਂਜੀ, ਇੱਧਰ ਮੈਂ ਥੋੜ੍ਹਾ ਜਿਹਾ ਦਲੀਆ ਧਰਤਾ, ਨਵੀਂ ਦਲੀਆ ਮੰਗਦੀ ਸੀਗੀ। ਦਲੀਆ ਆਪਾਂ ਨੇ ਦਿਖਾਉਂਦੇ ਹਾਂ ਸਾਨੂੰ ਕਿਹੜਾ ਤਰ੍ਹਾਂ। ਅਤੇ ਇੱਧਰ ਆਪਾਂ ਨੇ ਅੱਜ ਕੁੱਟਿਆ ਨਹੀਂ ਕੁੰਡੇ 'ਚ ਆਹ ਹਰੀਆਂ ਮਿਰਚਾਂ ਅਤੇ ਲਸਣ, ਅਤੇ ਐਂ ਮੈਂ ਤੜਕਾ ਲਾਉਂਗੀ ਕਿਉਂਕਿ ਕਵੇਲਾ ਹੋ ਗਿਆ। ਮੈਂ ਫਟਾਫਟ ਪਹਿਲਾਂ ਤੜਕਾ ਲਾਤਾ ਇੱਧਰ। ਹਾਂਜੀ, ਆਹ ਵਾਲਾ ਦਲੀਆ ਬਣਾਉਂਦੀ ਹਾਂ ਮੈਂ, ਇਹ ਵਾਲਾ ਵਧੀਆ ਬਣਦਾ ਗਾ। ਬੋਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਅਸੀਂ ਨਾ ਅੱਜ ਵੀਡੀਓ ਸ਼ੁਰੂ ਕੀਤੀ ਹੈਗੀ 4 ਵਜੇ, 4 ਵੱਜ ਗਏ, ਅਤੇ ਕੱਲ੍ਹ ਤਾਂ ਮੈਂ ਜਮਾਂ ਹੀ ਨਹੀਂ ਬਣਾਈ ਵੀਡੀਓ, ਮੇਰਾ ਦਿਲ ਹੀ ਨਹੀਂ ਕੀਤਾ ਗਾ, ਕੰਮ ਵਾਲੇ ਸੀਗੇ ਮੇਰੇ। ਸ਼ਨੀਵਾਰ ਨੂੰ ਬਣਾਈ ਸੀ ਮੈਂ ਥੋੜ੍ਹੀ ਜਿਹੀ ਵੀਡੀਓ, ਸ਼ਨੀਵਾਰ ਨੂੰ ਸਮਾਨ ਲੈ ਕੇ ਆਈ ਸੀਗੀ ਸੌਦਾ ਘਰ ਦਾ, ਅਤੇ ਉੱਤੇ ਸ਼ਾਮ ਨੂੰ ਮੇਰੇ ਤੋਂ ਸੰਭਾਲਿਆ ਨਹੀਂ ਗਿਆ। ਉਸ ਤੋਂ ਅਗਲੇ ਦਿਨ ਐਤਵਾਰ ਨੂੰ ਸੰਭਾਲਿਆ, ਮੈਂ ਐਤਵਾਰ ਨੂੰ ਕੱਪੜਿਆਂ ਦੀ ਤਹਿ ਮਾਰੀ, ਕਣਕ ਧੋਤੀ ਸੀਗੀ ਜਿਹੜੀ, ਉਹਨੂੰ 2-3 ਵਾਰੀ ਹਿਲਾਉਣਾ ਪੈਂਦਾ ਸੀਗਾ, ਅਤੇ ਇੱਕ ਲਾਈਟ ਨਹੀਂ ਹੁੰਦੀ ਗੀ। ਮੈਨੂੰ ਐਂ ਹੁੰਦਾ ਗਾ ਜਵਾਕਾਂ ਦਾ ਫੋਨ ਆ ਜਾਂਦਾ ਐਤਵਾਰ ਨੂੰ, ਫਿਰ ਉਹਨਾਂ ਨਾਲ ਗੱਲਾਂ ਕਰਨੀਆਂ ਹੁੰਦੀਆਂ ਹੈਗੀਆਂ, ਅਤੇ ਮੈਂ ਫੋਨ ਫਿਰ ਚਾਰਜ ਕਰਨ ਦਾ ਔਖਾ ਹੋ ਜਾਂਦਾ ਗਾ, ਇਨਵੈਟਰ ਦੀ ਲਾਈਟ ਵੀ ਕਿੰਨਾ ਕੁ ਟਾਈਮ ਕੱਟਦੀ ਹੈਗੀ। ਅਤੇ ਅੱਜ ਫਿਰ ਮੈਂ ਵਾਈਫਾਈ ਇਨਵੈਟਰ 'ਤੇ ਚਲਾ ਲਿਆ ਸੀਗਾ, ਅਤੇ ਮੈਂ ਚਲੋ ਅੱਜ ਤਾਂ ਲੇਟ ਗਈ ਸੀਗੀ ਲਾਈਟ, ਅਤੇ ਹੁਣ ਮੈਂ ਧੋਣ ਲੱਗ ਗਈ ਸੀਗੀ ਕੱਪੜੇ। ਮੈਂ ਚਲੋ ਕੱਪੜੇ ਧੋ ਲਈਏ, ਆਹ ਵਾਲੇ ਕੱਪੜੇ ਆ ਥੋੜ੍ਹੇ ਹੀ ਆ, ਮੈਂ ਧੋਊਂਗੀ ਹੁਣ ਹੱਥੀਂ ਧੋਨੀ ਹੁੰਦੀ ਆ ਕੱਪੜੇ ਤਾਂ ਮੈਂ, ਅਤੇ ਕਣਕ ਵੀ ਆਪਣੀ ਚੰਗੀ ਤਰ੍ਹਾਂ ਵਧੀਆ ਸੁੱਕੂਗੀ, ਕੱਲ੍ਹ ਦੀ ਧੁੱਪ ਹੋਰ ਲਵਾ ਦਾਂਗੇ ਕੱਪੜੇ ਮੈਂ। ਚਲੋ ਜਦੋਂ ਲਾਈਟ ਆ ਗਈ ਤਾਂ ਸੁਕਾ ਲਾਂਗੇ, ਨਹੀਂ ਤਾਂ ਹੀ ਪਾ ਦਾਂਗੇ। ਅਤੇ ਆਹ ਵਾਲੇ ਨਾ ਮੈਂ ਔਰੇਂਜ ਦੇ ਛਿਲਕੇ ਸੁਕਾਏ ਸੀ, ਇਹਨੂੰ ਸਲਾਬ ਜੀ ਚੜ ਗਈ ਸੀਗੀ, ਅਤੇ ਮੈਂ ਅੱਜ ਧੁੱਪ ਲਵਾ ਤੀ ਇਹਨਾਂ ਨੂੰ ਮਾੜੀ ਜਿਹੀ, ਮੈਂ ਧੁੱਪ ਨਾਲ ਵਧੀਆ ਐਂ ਹੋ ਗਏ। ਅਤੇ ਇਹਨਾਂ ਨੂੰ ਮੈਂ ਗ੍ਰੈਂਡ ਕਰਕੇ ਰੱਖ ਦੂੰਗੀ, ਸਾਵੇਂ ਸੁਕਾਏ ਹੋਏ ਆ ਇਹ, ਜਮ੍ਹਾਂ ਨਹੀਂ ਇਹਦੇ 'ਚ ਉਂਗਲੀ ਲੱਗੀ, ਦੇਖੋ ਸਾਫ਼ ਸਾਫ਼ ਪਏ ਹੈਗੇ। ਧੋ ਲਏ ਚਿੱਟੇ, ਮੈਂ ਇਹਦੇ 'ਚ ਰੱਖ ਲਏ, ਅਤੇ ਜਿਹੜੇ ਰੰਗ ਵਾਲੇ ਸੀ ਇਹਦੇ 'ਚ ਪਾ ਲਏ, ਨਿਚੋੜ ਕੇ ਮੈਂ ਤਾਂ ਹੀ ਸੁੱਕਣੇ ਪਾਉਂਦੀ ਸੀ। ਅਤੇ ਫਿਰ ਨਵੀਂ ਕਹਿੰਦੀ ਮੰਮੀ ਲਾਈਟ ਆ ਗਈ, ਮੈਂ ਕਿਹਾ ਚੱਲ ਸੁਕਾ ਲੈਂਦੀ ਹਾਂ, ਅਤੇ ਫਿਰ ਇਹਨਾਂ ਨੂੰ ਮੈਂ ਸੁਕਾ ਲੂੰਗੀ ਮਸ਼ੀਨ 'ਚ ਸੁਕਾ ਲੂੰਗੀ। ਮਸ਼ੀਨ ਮੈਂ ਲਾ ਗਈ ਸੀਗੀ, ਮੈਂ ਕਿਹਾ ਚੱਲ ਸੁਕਾ ਲਈਏ ਫਟਾਫਟ। ਹਾਂਜੀ, ਕੱਪੜੇ ਆਪਣੇ ਪਾ ਕੇ ਸਾਰੇ ਸੁੱਕਣੇ, ਹਾਂਜੀ ਕੱਪੜੇ ਆਪਾਂ ਨੇ ਸੁੱਕਣੇ ਪਾਤੇ ਥੋੜ੍ਹੇ ਸੀਗੇ ਬਸ। ਅਤੇ ਕਣਕ ਵੀ ਮੈਂ ਇਕੱਠੀ ਕਰਕੇ ਬੰਨ੍ਹ ਕੇ ਰੱਖਤੀ ਕਿਉਂਕਿ ਹੁਣ ਧੁੱਪ ਨਹੀਂ ਹੈਗੀ, ਕੱਲ੍ਹ ਨੂੰ ਖਿਲਾਰ ਦਾਂਗੇ। ਗ੍ਰੇਸੀ, ਗੇੜਾ ਕਢਾ ਕੇ ਲਿਆਵਾਂ ਤੈਨੂੰ, ਗੇੜਾ ਕਢਾ ਕੇ ਲਿਆਵਾਂ, ਹੈਂ ਰੱਸੀ ਕਿੱਥੇ ਆਪਣੀ ਰੱਸੀ, ਜਾ ਨਾ ਤੂੰ ਬਾਹਰ, ਗਰਮੀ ਹੈ ਜੀ, ਠਹਿਰ ਕੇ ਜਾਵਾਂਗੇ ਚੰਗੇ। ਇੱਧਰ ਨਵੀਂ ਸਕੂਲ ਦਾ ਕੰਮ ਕਰੀ ਜਾਂਦੀ ਹੈ ਕਿਉਂਕਿ ਲਾਈਟ ਆ ਗਈ, ਚਲੋ ਮੇਰੇ ਕੰਮ ਕਰ ਗਿਆ ਤਾਂ। ਆਹ ਵਾਲਾ ਪੂਣਾ ਮੈਂ ਸੁਬਾਹ ਧੋਤਾ ਸੀਗਾ ਜਦੋਂ ਭਾਂਡੇ ਧੋਂਦੀ ਸੀਗੀ, ਅਤੇ ਸੁੱਕ ਗਿਆ ਹੈ, ਅਤੇ ਇਹਨੂੰ ਆਪਾਂ ਹੁਣ ਗ੍ਰੈਂਡ ਕਰ ਦੇਵਾਂਗੇ, ਅਤੇ ਫਿਰ ਨਹੀਂ ਸਿੱਲੇ ਜਿਹੇ ਨਾ ਹੋ ਜਾਣ। ਦੇਖੋ ਇਹਦਾ ਕਲਰ ਕਿੰਨਾ ਸੋਹਣਾ,
ਬਹੁਤ ਸੋਹਣੀ ਖੁਸ਼ਬੂ ਆਉਂਦੀ ਇਹਦੇ 'ਚੋਂ ਅਤੇ ਇਹਨੂੰ ਮੈਂ ਕੱਢ ਦੂੰਗੀ ਇਹਦੇ ਵਿੱਚ। ਹਾਂਜੀ ਆਹ ਡੱਬੇ 'ਚ ਕੱਢਤਾ ਮੈਂ ਕੰਚ ਦੇ 'ਚ, ਇਹਦੇ 'ਚ ਨਾ ਇਹ ਖਰਾਬ ਨਹੀਂ ਹੁੰਦਾ ਗਾ, ਜਿੰਨੀ ਕੁ ਲੋੜ ਹੋਈ ਕੱਢ ਲਿਆ ਕਰਾਂਗੇ। ਅਤੇ ਆਹ ਮੈਂ ਚੱਕਦੀ ਹਾਂ, ਇਹ ਮੈਂ ਇਹਦੇ ਵਿੱਚ ਪਾਉਂਦੀ ਸੀ ਨਾ ਜਦੋਂ ਅਤੇ ਉਦੋਂ ਡੁੱਲ ਗਿਆ। ਹਾਂਜੀ ਇੱਧਰ ਮੈਂ ਬਣਾ ਲਿਆ ਮੈਂਗੋ ਸ਼ੇਕ, ਬਣਾਉਣਾ ਤਾਂ ਸ਼ਾਮ ਨੂੰ ਸੀਗਾ ਅਤੇ ਫਿਰ ਮੈਂ ਕਿਹਾ ਚੱਲ ਹੁਣੇ ਬਣਾ ਲਈਏ, ਦੋ ਰੱਖ ਲਏ ਪਾਣੀ ਗਲਾਸ। ਹਾਂਜੀ ਆਪਣਾ ਮੈਂਗੋ ਸ਼ੇਕ ਜਿਹੜਾ ਬਣ ਕੇ ਹੋ ਗਿਆ ਤਿਆਰ, ਅਤੇ ਇਹਦੇ ਵਿੱਚ ਪਾਏ ਸੀਗੇ 5-6 ਬਦਾਮ। ਲੈਣਾ ਵੀ ਡੋਲ ਨਾ ਲਈ। ਕਿਵੇਂ ਆ? ਠੀਕ ਆ। ਗ੍ਰੇਸੀ ਆ ਜਾ ਅੰਦਰ।